अज पूरे पंजाब दे विच किसानां दे विच गुस्सा है और किसान सरकार दे खिलाफ हल्ला बोल रहे ने। जिन्हें भी नैशनल हाईवे है पंजाब दे नाल दूजे सूबे नूं जुड़दे ने उन्हां नैशनल हाईवे ते किसान धरने ते बह गए ने। टाइमिंग 12 बजे तो 3 बजे का, अगर तुसीं घरों हुण निकलदे हो तां नैशनल हाईवे ते ना चढ़ियो क्योंकि नैशनल हाईवे ते किसान बैठ गए ने। और लुधियाणा दा चंडीगढ़ ये रोड हाईवे है, कुहाड़े चौक दे विच किसान बैठे ने। भारतीय किसान यूनियन लखोवाल दे जिन्हें भी आगू है, क्योंकि वख वख तस्वीर नज़र आ रही है अमृतसर तो लैके फिरोजपुर, हुशियारपुर, जलंधर तो लैके चाहे वह पठानकोट की गल करिए, बठिंडे की गल करिए, पूरे का पूरा नैशनल हाईवे जिहड़े जुड़ते हैं दूजे सूबे नूं, जदों तुसीं बाहर जाना उन्हां नैशनल हाईवे ते किसान धरने ते बह गए ने अपनी मंगां नूं लैके। मेरे नाल लखोवाल ने, हरविंदर सिंह लखोवाल, अज तुसीं धरने ते बैठे हो कि उही मंडियां दा जिहड़ा मुद्दा लिफ्टिंग नहीं हो रही पर खरीद दा सरकार ने ऐलान कर दिता। असीं पिछले दिन भी सरकारां नूं बेनतियां कीतियां सी ਬਈ ਸਾਡੀ ਖਰੀਦ ਕੀਤੀ ਜਾਵੇ। ਹਮੇਸ਼ਾ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਆ, ਅੱਜ 13 ਅਕਤੂਬਰ ਹੋ ਗਈ। ਜਿੱਥੇ ਅਸੀਂ ਮਾੜਾ ਮੋਟਾ ਧਰਨਾ ਮਾਰ ਲੈਂਦੇ ਹਾਂ ਉੱਥੇ 10-20 ਢੇਰੀਆਂ ਖਰੀਦ ਲੈਂਦੇ ਆ। ਨਹੀਂ ਅਸੀਂ ਸਾਨੂੰ ਪਰੇਸ਼ਾਨ, 10-10 ਦਿਨ ਹੋ ਗਏ ਕਿਸਾਨ ਮੰਡੀਆਂ ਦੇ ਵਿੱਚ ਰੁੜ ਲਿਆ। ਜਿਹੜਾ ਸਾਡਾ ਝੋਨਾ ਸੁੱਕ ਕੇ ਥੱਲੇ ਕਿਰ ਰਿਹਾ ਉਹਦਾ ਝਾੜ ਘਟ ਜਾਣਾ। ਅਸੀਂ ਆਲੂ ਬੀਜਣੇ ਆ, ਅਸੀਂ ਸਬਜ਼ੀਆਂ ਬੀਜਣੀਆਂ, ਅਸੀਂ ਕਣਕ ਬੀਜਣੀ ਆ, ਉਹਦੇ ਲਈ ਸਾਡਾ ਟਾਈਮ ਬਰਬਾਦ ਹੋ ਰਿਹਾ ਅਤੇ ਸਰਕਾਰ ਆਨਾ ਕਾਨੀ ਕਰ ਰਹੀ ਆ। ਸਰਕਾਰ ਕੋਈ ਸਪੇਸ ਨਹੀਂ ਹੈਗੀ ਅਤੇ ਸਰਕਾਰ ਨੇ ਇੰਤਜ਼ਾਮ ਨਹੀਂ ਕੀਤੇ ਹੋਏ, ਸੈਂਟਰ ਸਰਕਾਰ ਜਾਣ ਬੁੱਝ ਕੇ ਤੰਗ ਕਰਦੀ ਆ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਦੇ ਨਾਲ ਇਹ ਜਿਹੜੀ ਸਪੇਸ ਨਹੀਂ ਹੋਈ ਉਹਦੇ ਲਈ ਅਸੀਂ ਸਾਰੇ ਪੰਜਾਬ ਦੇ ਵਿੱਚ ਅੱਜ ਹਰੇਕ ਜਗ੍ਹਾ ਅਸੀਂ ਇਹ ਧਰਨੇ ਲਾਏ ਆ ਅਤੇ ਮੈਂ ਅੱਜ 4-5 ਜਗ੍ਹਾ ਜਾਣਾ। ਮੈਂ ਦੂਆ ਸਮਰਾਲਾ, ਮਰਿੰਡਾ, ਖਰੜ, ਮੋਹਾਲੀ ਤੱਕ ਜਾਊਂਗਾ ਅਤੇ ਇਸ ਹਰੇਕ ਸ਼ਹਿਰ ਦੇ ਵਿੱਚ ਹਰੇਕ ਕਸਬੇ 'ਚ 3-3 ਜਗ੍ਹਾ ਸਾਡੇ ਧਰਨੇ ਆ। ਅਤੇ ਸਰਕਾਰ ਦਾ ਰਵੱਈਆ ਕਿੱਦਾਂ ਦਾ ਲਖੋਵਾਲ ਸਾਹਿਬ, ਕੀ ਸਰਕਾਰ ਦੇ ਅੱਗੇ ਤੁਸੀਂ ਇਹ ਮੰਗਾਂ ਰੱਖੀਆਂ ਨਹੀਂ? ਕਿਉਂਕਿ ਇੱਕ ਪਾਸੇ ਆੜ੍ਹਤੀ ਅਤੇ ਸ਼ੈਲਰ ਮਾਲਕ ਨੇ ਆਪਸ 'ਚ ਰੇੜਕਾ ਬਰਕਰਾਰ ਹੈ, ਦੂਜੇ ਪਾਸੇ ਤੁਸੀਂ ਆ ਗਏ? ਨਹੀਂ, ਅਸੀਂ ਪੂਰਾ ਤਰ੍ਹਾਂ ਰੱਖਿਆ ਹੋਇਆ, ਸਰਕਾਰ ਨਾਲ ਮੀਟਿੰਗਾਂ ਵੀ ਚੱਲ ਰਹੀਆਂ, ਕੱਲ੍ਹ ਨੂੰ ਮੀਟਿੰਗ ਫਿਰ ਹੋਣੀ ਆ, ਪਰਸੋਂ ਨੂੰ ਵੀ ਆ, ਪਰ ਸਰਕਾਰ ਨੂੰ ਜਿਹੜੇ ਇੰਤਜ਼ਾਮ 2 ਮਹੀਨੇ ਪਹਿਲਾਂ ਕਰਨੇ ਚਾਹੀਦੇ ਸੀ ਉਹ ਅੱਜ ਕਰ ਰਹੀ ਆ ਸਰਕਾਰ। ਸਰਕਾਰ ਨੇ ਪਹਿਲਾਂ ਇੰਤਜ਼ਾਮ ਨਹੀਂ ਕੀਤੇ, ਮੁੱਖ ਮੰਤਰੀ ਜਿਵੇਂ ਅੱਗੇ ਮੁੱਖ ਮੰਤਰੀ ਹੁੰਦੇ ਸੀ ਜਾਂ ਮਿਨਿਸਟਰ ਹੁੰਦੇ ਸੀ ਉਹ ਜਾ ਕੇ ਉੱਥੇ ਬੈਠ ਜਾਂਦੇ ਸੀਗੇ ਅਤੇ ਉੱਥੇ ਜਾ ਕੇ ਬੈਠ ਕੇ ਇਹ ਗੱਲਾਂ ਮਨਵਾਉਂਦੇ ਹੁੰਦੇ ਸੀ, ਪਰ ਅੱਜ ਇਹ ਮੁੱਖ ਮੰਤਰੀ ਘਰੇ ਬੈਠੇ ਆ, ਉੱਥੇ ਸੈਂਟਰ ਨਾਲ ਗੱਲ ਨਹੀਂ ਕਰ ਰਹੇ। ਹੋਰ ਵੀ ਕਿਸਾਨ ਆਗੂ ਹੈ, ਕਿਵੇਂ ਜੀ ਲਖੋਵਾਲ ਸਾਹਿਬ ਨੇ ਜਿੱਦਾਂ ਦੱਸਿਆ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦਾ ਰਵੱਈਆ? ਮੈਂ ਅਵਤਾਰ ਸਿੰਘ ਮੇਲੋਂ, ਭਾਰਤੀ ਕਿਸਾਨ ਯੂਨੀਅਨ ਲਖੋਵਾਲ, ਸਰਪ੍ਰਸਤ ਪੰਜਾਬ। ਅੱਜ ਦਾ ਜਿਹੜਾ ਮੇਨ ਮਸਲਾ ਵਾ 1 ਅਕਤੂਬਰ ਤੋਂ ਜਿਹੜੀ ਖਰੀਦ ਸ਼ੁਰੂ ਹੁੰਦੀ ਸੀ ਉਹ ਨਹੀਂ ਹੋਈ, ਪਰ ਉਸ ਤੋਂ ਬਾਅਦ ਅਸੀਂ ਬਹੁਤ ਮੁਜ਼ਾਹਰੇ ਕਰਕੇ ਕਈ ਜਗ੍ਹਾ 'ਤੇ ਇਹ ਸ਼ੁਰੂ ਕਰਾਇਆ। ਪਰ ਅੱਜ ਕੀ ਜਿਹੜੀ ਲੋੜ ਆ, ਖਾਸ ਕਰਕੇ ਇੱਕ ਤਾਂ ਬਾਰਦਾਨਾ ਨਹੀਂ ਮਿਲ ਰਿਹਾ, ਬਾਰਦਾਨਾ ਸਰਕਾਰ ਨੇ ਦੇਣਾ ਹੁੰਦਾ ਅਤੇ ਬਾਰਦਾਨਾ ਇਹਨਾਂ ਨੇ। ਮੈਂ ਰੋਕੂੰਗਾ, ਇੱਕ ਤਸਵੀਰ ਦਿਖਾ ਦਾ, ਕਿਉਂਕਿ ਜਿਹੜੇ ਕਿਸਾਨ ਨੇ ਉਹ ਹਾਈਵੇ 'ਤੇ ਬੈਠੇ ਨੇ, ਦੂਜੇ ਪਾਸੇ ਪਬਲਿਕ ਪਰੇਸ਼ਾਨ ਹੋ ਤਾਂ ਰਹੀ ਹੈ ਪਰ ਆਪਸ 'ਚ ਬਹਿਸ ਮੇਰੇ ਖਿਆਲ ਨਾਲ ਚੱਲ ਰਹੀ ਹੈ ਕਿਉਂਕਿ ਪੁਲਿਸ ਵਿੱਚ ਉਹ ਟਕਰਾਵ ਨੂੰ ਰੋਕ ਰਹੀ ਹੈ। ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੁਹਾੜਾ ਦੀਆਂ ਨੇ ਔਰ ਆਪਸ ਦੇ ਵਿੱਚ ਕਿਸਾਨ ਜਿਹੜੇ ਆਗੂ ਨੇ ਅਤੇ ਜਿਹੜੇ ਲੋਕ ਨੇ, ਆਮ ਜਨਤਾ, ਉਹ ਆਪਸ ਦੇ ਵਿੱਚ ਬਹਿਸ ਵਸਾਈ ਹੋ ਰਹੀ ਹੈ ਗੱਡੀ ਨੂੰ ਕੱਢਣ ਵਾਸਤੇ। ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ, ਪੁਲਿਸ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕੁਹਾੜਾ ਜਿਹੜਾ ਚੰਡੀਗੜ੍ਹ ਹਾਈਵੇ ਨੂੰ ਜੋੜਦਾ ਹੈ, ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਨਾਲ ਕਿਸਾਨ ਆਗੂ ਜਿਹੜੇ ਨੇ ਉਹ ਗੱਲਬਾਤ ਕਰ ਰਹੇ ਨੇ ਔਰ ਜਿਹੜੀਆਂ ਇਹ ਟਾਈਮਿੰਗ ਪਹਿਲੇ ਤੋਂ ਦਿੱਤਾ ਹੋਇਆ ਸੀ ਕਿਸਾਨਾਂ ਨੇ ਕਿ 12 ਤੋਂ 3 ਵਜੇ ਤੱਕ ਹਾਈਵੇ ਜਾਮ ਕਰਨੇ ਨੇ। ਉਸ ਤੋਂ ਬਾਅਦ ਜਿਹੜੀ ਪਬਲਿਕ ਹੈ ਜਿਸ ਨੂੰ ਨਹੀਂ ਪਤਾ ਉਹ ਵਿੱਚ ਇਸ ਹਾਈਵੇ 'ਤੇ ਜਿਹੜੀ ਫਸ ਗਈ ਹੈ। ਸੋ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੋਹੇ ਜਿਹੜੀਆਂ ਜਥੇਬੰਦੀਆਂ ਨੇ ਉਹ ਇੱਥੇ ਖੜੀਆਂ ਨੇ ਅਤੇ ਜਿਹੜੇ ਉਹਨਾਂ ਨੇ ਪਹਿਲੇ ਸੀ ਕਿ 12 ਤੋਂ 3 ਵਜੇ ਤੱਕ ਇਹ ਮਾਮਲਾ ਹੋਇਆ ਕੀ ਕੋਈ ਪ੍ਰੋਬਲਮ ਨਹੀਂ ਸੀ, ਉਹ ਵੀ ਬੰਦਾ ਕੋਈ ਲੋਡ ਸੀ ਉਹ ਕਹਿੰਦਾ ਲੰਘਣਾ ਉਹ ਚਲੋ ਉਹਨੂੰ ਕਾਹਲੀ ਹੁੰਦੀ ਆ ਬਜ਼ੁਰਗ ਨੂੰ ਧੱਕਾ ਮਾਰਿਆ ਇਹਨੂੰ ਜੀ ਕਿਸਾਨ ਨੂੰ ਕਿਸਾਨ ਕਦਾ ਕਿਸਾਨ ਖੜਿਆ ਜੀ ਇਹਨੂੰ ਮਾਰਿਆ ਧੱਕਾ ਪੁੱਛੋ ਇਹ ਤੋਂ ਇਹਨੂੰ ਧੱਕਾ ਮਾਰਿਆ ਜੀ ਕੀ ਕੀ ਹੋਇਆ ਕੀ ਸੀ ਤੁਹਾਡੇ ਨਾਲ ਕਹਿੰਦੇ ਸਾਡਾ ਮਰੀਜ਼ ਆ ਅਸੀਂ ਕਿਹਾ ਪਿਆਰ ਤਾਂ ਕੱਢ ਦਿੰਦੇ ਹਾਂ ਧੱਕੇ ਮਾਰੇ ਮੈਨੂੰ ਨੇ ਅਸੀਂ ਕਿਹੜਾ ਰੋਕਦੇ ਮਰੀਜ਼ ਨੂੰ ਰੋਕਦੇ ਨਹੀਂ ਤਾਂ ਅਸੀਂ ਮਰੀਜ਼ ਨੂੰ ਰੋਕਦੇ ਅਬੂ ਨੂੰ ਰੋਕਦੇ ਕੋਈ ਬੀਬੀ ਉਹਨੂੰ ਨਹੀਂ ਰੋਕਦੇ ਅਸੀਂ ਸਗੋਂ ਤੁਸੀਂ ਟਾਈਮ ਪਹਿਲੇ ਦਿੱਤਾ ਸੀ 12 ਤੋਂ 3 ਵਜੇ ਤੱਕ ਅੱਜ ਦਿੱਤਾ ਟਾਈਮ ਪੱਕਾ ਦਿੱਤਾ ਪਰਸੋਂ ਦਿੱਤਾ 12 ਤੋਂ 3 ਵਜੇ ਤੱਕ ਇਹ ਫਿਰ ਸਾਡਾ ਬੀਜੇਪੀ ਦਾ ਬੰਦਾ ਹੈ ਬੀਜੇਪੀ ਦਾ ਹਾਂਜੀ 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 ਅੱਛਾ ਹਾਂਜੀ ਸੋ ਇਹ ਜਿਹੜੇ ਨੈਸ਼ਨਲ ਹਾਈਵੇ 'ਤੇ ਜਿਹੜੇ ਲੋਕ ਹੈ ਉਹ ਇੱਥੋਂ ਜਿਹੜੇ ਖੜ੍ਹੇ ਨੇ ਕਿਉਂਕਿ ਪਹਿਲੇ ਕਿਸਾਨਾਂ ਨੇ 2-3 ਦਿਨ ਪਹਿਲੇ ਟਾਈਮ ਦਿੱਤਾ ਸੀ ਕਿ ਅਸੀਂ ਨੈਸ਼ਨਲ ਹਾਈਵੇ ਜਾਮ ਕਰਨ ਜਾ ਰਹੇ ਹਾਂ ਜਿਹੜੀਆਂ ਫਸਲਾਂ ਨੇ ਉਹ ਮੰਡੀਆਂ ਦੇ ਵਿੱਚ ਰੁੱਲ ਰਹੀਆਂ ਨੇ ਇਸੇ ਕਰਕੇ ਇਹ ਆਪਸ ਦੇ ਵਿੱਚ ਜਿਹੜੀ ਹੈ ਬਹਿਸ ਹੋ ਰਹੀ ਹੈ ਔਰ ਪੁਲਿਸ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਇੱਕ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ
ਗੱਡੀ ਦੇ ਵਿੱਚ ਸੋ ਕਈ ਜਿਹੜੀਆਂ ਗੱਡੀਆਂ ਨੇ ਇਹ ਗੱਡੀ ਦਾ ਕੋਈ ਫੋਲਟ ਨਹੀਂ ਤੇ ਹੋਇਆ ਕੀ ਸੀ ਉਹਦੇ ਵਿੱਚ ਐਕਚੁਅਲੀ ਮਰੀਜ਼ ਹੈ ਅੱਛਾ ਉਹ ਆ ਕੇ ਪਰ ਕਿਸਾਨ ਤਾਂ ਆਖਦੇ ਨੇ ਮਰੀਜ਼ਾਂ ਵਾਸਤੇ ਤਾਂ ਐਮਰਜੈਂਸੀ ਖੋਲਿਆ ਉਹੀ ਉਹਨਾਂ ਨੇ ਆਣ ਕੇ ਇਹਨਾਂ ਨੂੰ ਕਿਹਾ ਕਿ ਤੁਸੀਂ ਅੱਗੇ ਕਰੋ ਅਸੀਂ ਮਰੀਜ਼ ਵਾਲੀ ਗੱਡੀ ਹੈ ਕੱਢਣੀ ਹੈ ਬਸ ਉਹ ਆਣ ਕੇ ਫਿਰ ਥੋੜਾ ਗਰਮ ਗਰਮੀ ਚ ਬੋਲ ਪਏ ਹੋਰ ਤਾਂ ਕੋਈ ਚੱਕਰ ਨਹੀਂ ਹੋਇਆ ਸੋ ਉਹ ਤੇ ਐਫ ਆਈ ਹੁਣ ਜਾਈ ਇਹਦੇ ਧੱਕੇ ਮਾਰੇ ਆ ਉਹਦੇ ਪਰਚਾ ਹੋਣਾ ਚਾਹੀਦਾ ਹਾਂਜੀ ਹਾਂਜੀ ਇਹਦੇ ਬੰਦੇ ਧੱਕੇ ਮਾਰੇ ਸਾਨੂੰ ਪ੍ਰਸ਼ਾਸਨ ਬੇਨਤੀ ਹੈ ਉਹਦੇ ਪਰਚਾ ਹੋਣਾ ਜੇ ਹੋਣੀ ਨਹੀਂ ਅਸੀਂ ਗੱਡੀ ਨਹੀਂ ਨਾ ਕਰਨੀ ਅਸੀਂ ਉਹ ਤੋੜ ਭੱਜ ਵੀ ਕਰ ਸਕਦੇ ਹਾਂ ਸਾਨੂੰ ਪ੍ਰਸ਼ਾਸਨ ਨੂੰ ਅਪੀਲ ਹੈ ਇਸ ਟਾਈਮ ਉਸ ਬੰਦੇ ਨੂੰ ਅਰੈਸਟ ਕੀਤਾ ਜਾਵੇ ਕੀ ਹੋਇਆ ਕਿਸੇ ਨਿਕਲਣ ਦੀ ਕੋਸ਼ਿਸ਼ ਉਹਨੇ ਧੱਕਾ ਮਾਰਿਆ ਧੱਕੇ ਮਾਰ ਕੇ ਕਹਿੰਦੇ ਪਰੇ ਲੋ ਅਸੀਂ ਲਗਾਉਣੇ ਹਰੇਕ ਨਾਲ ਪਿਆਰ ਨਾਲ ਲਗਾਉਣੇ ਪਰ ਸਾਨੂੰ ਪਹਿਲੇ ਸੂਚ ਕੀਤਾ ਅਸੀਂ ਤਿੰਨ ਘੰਟੇ ਨਹੀਂ ਲਗਣ ਲੱਗਣਾ ਕੋਈ ਹੈ ਜੀ ਅਸੀਂ ਮਰੀਜ਼ ਨੂੰ ਲਗਾਉਣੇ ਆ ਬੀਬੀਆਂ ਨੂੰ ਲਗਾਉਣੇ ਆ ਸਾਨੂੰ ਕੋਈ ਰੋਕ ਨਹੀਂ ਧੱਕੇ ਦਾ ਅਸੀਂ ਕਿਸੇ ਨੂੰ ਲਗਣ ਇੱਥੋਂ ਜੀ ਸੋ ਇਹ ਕਿਸਾਨਾਂ ਦੇ ਵਿੱਚ ਰੋਸ਼ ਇਹ ਵੀ ਹੈ ਕਿ ਉਹ ਪ੍ਰਸ਼ਾਸਨ ਹੋ ਰਹੇ ਨੇ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਦੂਜੇ ਪਾਸੇ ਇੱਕ ਟਾਈਮਿੰਗ ਦਿੱਤਾ ਸੀ 12 ਤੋਂ 3 ਵਜੇ ਤੱਕ ਉਸ ਤੋਂ ਬਾਅਦ ਵੀ ਜਿਹੜੇ ਲੋਕ ਨੇ ਉਹ ਜਿਹੜੇ ਫਸੇ ਹੋਏ ਨੇ ਆਪਸ ਦੇ ਵਿੱਚ ਬਹਿਸ ਹੋ ਰਹੀ ਹੈ ਔਰ ਪੁਲਿਸ ਦੀ ਸੁਰੱਖਿਆ ਹੇਠ ਇਹ 12 ਤੋਂ 3 ਵਜੇ ਤੱਕ ਜਿੰਨੇ ਵੀ ਪੰਜਾਬ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਇਹ ਲੁਧਿਆਣਾ ਦਾ ਚੰਡੀਗੜ੍ਹ ਰੋਡ ਹਾਈਵੇ ਹੈ ਕੁਹਾੜੇ ਦੇ ਕੋਲ ਜਿਹੜਾ ਕੁਹਾੜਾ ਚੌਂਕ ਹੈ ਸੋ ਹਜੇ ਵੀ ਮੇਰੇ ਖਿਆਲ ਨਾਲ ਕਿਸਾਨ ਦੇ ਅੰਦਰ ਗੁੱਸਾ ਹੈ ਔਰ ਪੁਲਿਸ ਦੇ ਨਾਲ ਗੱਲਬਾਤ ਕਰ ਰਹੇ ਹੋ ਕਿਸਾਨ ਉਹ ਹਜੇ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇੱਕ ਗੱਡੀ ਕਢਾਈ ਜਾ ਰਹੀ ਹੈ ਇੱਕ ਕਿਉਂਕਿ ਇਕਦਮ ਜਿਹੜਾ ਕਾਰ ਸਵਾਰ ਸੀ ਉਹ ਕਿਸਾਨ ਨਾਲ ਬਹਿਸ ਕਰ ਲੈ ਪਿਆ ਤਾਂ ਕਰਕੇ ਮਾਮਲਾ ਥੋੜ੍ਹਾ ਭੱਗ ਗਿਆ ਅਗਲੀ ਗੱਡੀ ਕੱਢਣ ਤੋਂ ਬਾਅਦ ਪਿਛਲੀ ਗੱਡੀ ਦੇ ਜਿਹੜਾ ਡਰਾਈਵਰ ਸੀ ਉਹਦੇ ਨਾਲ ਬਹਿਸ ਹੋਈ ਹੈ ਕਿਸਾਨਾਂ ਦੀ ਸੋ ਇਹ ਇੱਕ ਗੱਡੀ ਦੇ ਫੈਮਿਲੀ ਹੈ ਔਰ ਦੂਸਰੀ ਗੱਡੀ ਜਿਹੜੀ ਉਹ ਰੁਕੀ ਹੈ ਉਸ ਗੱਡੀ ਸਵਾਰ ਦੇ ਨਾਲ ਬਹਿਸ ਹੋਈ ਹਜੇ ਵੀ ਇਹ ਤਕਰਾਰ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਉਂਕਿ ਬਾਪੂ ਜੀ ਇੱਧਰੋ ਸੋ ਇਹ ਪੁਲਿਸ ਸੋ ਆਪਸ ਦੇ ਵਿੱਚ ਜਿਹੜਾ ਤਕਰਾਰ ਆ ਉਹ ਚੱਲ ਰਹੀ ਆ ਔਰ ਸਿਰਫ ਗੱਡੀ ਲੰਘਣ ਨੂੰ ਲੈ ਕੇ ਕਿਉਂਕਿ 12 ਤੋਂ 3 ਵਜੇ ਦਾ ਕਿਸਾਨਾਂ ਨੇ ਪਹਿਲੇ 4 ਦਿਨ ਪਹਿਲੇ ਐਲਾਨ ਕਰ ਦਿੱਤਾ ਸੀ ਕਿ 12 ਤੋਂ 3 ਵਜੇ ਤੱਕ ਨੈਸ਼ਨਲ ਹਾਈਵੇ ਜਾਮ ਕਰਨੇ ਨੇ ਇਸ ਵਿਚਕਾਰ ਚਾਹੇ ਆਮ ਪਬਲਿਕ ਜ਼ਰੂਰ ਪਰੇਸ਼ਾਨ ਹੋ ਰਹੀ ਹੋਵੇਗੀ ਪਰ ਇੱਕ ਕਾਰ ਸਵਾਰ ਦੇ ਨਾਲ ਬਹਿਸ ਹੋਈ ਹੁਣ ਗੱਡੀ ਕਿਸਾਨਾਂ ਨੇ ਕੱਢ ਦਿੱਤੀ ਹੈ ਔਰ ਜਿਹੜਾ ਕਾਰ ਸਵਾਰ ਸੀ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਫੈਮਿਲੀ ਦੇ ਨਾਲ ਇਹ ਕਾਰ ਸਵਾਰ ਜਿਹੜਾ ਹੈ ਇਸ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਤੋਂ ਸੜਕ ਦੇ ਪਾਰ ਨਿਕਲ ਗਿਆ ਸੋ ਇਹ ਅੱਜ ਪੂਰਾ ਦਿਨ ਜਿਹੜੇ ਲੋਕ ਹੈ ਨੈਸ਼ਨਲ ਹਾਈਵੇ ਤੋਂ ਦੂਜੇ ਸੂਬਿਆਂ ਨੂੰ ਜਾਂਦੇ ਆ ਜਾਂ ਨੈਸ਼ਨਲ ਹਾਈਵੇ ਤੋਂ ਕਿਧਰੇ ਹੋਰ ਸਫ਼ਰ ਕਰਦੇ ਆ ਤਾਂ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪਵੇਗਾ ਮੈਂ ਦੁਬਾਰਾ ਫਿਰ ਜੁੜਾਂਗਾ ਕਿਸੇ ਹੋਰ ਵੱਡੀ ਅਪਡੇਟ ਦੇ ਨਾਲ ਜਾਂ ਇਹੀ ਜਿਹੜਾ ਧਰਨਾ ਚੱਲ ਰਿਹਾ 3 ਵਜੇ ਤੱਕ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰਦਾ ਰਹਾਂਗਾ